ਨਹੀਂ ਸੁਣੋ ਧਰਮਿੰਦਰ ਸਿੰਘ ਧਰਮਿੰਦਰ ਸਿੰਘ ਜੀ ਤੁਸੀਂ ਇਲੈਕਸ਼ਨ ਖੜੇ ਹੋ ਕਿੰਨੇ ਦਿਨ ਕਿੰਨੇ ਕੁ ਤਿਆਰੀ ਹੈ ਦੋ ਚਾਰ ਦਿਨਾਂ ਦੇ ਇਲੈਕਸ਼ਨਾਂ ਨੂੰ ਕਿਸ ਤਰ੍ਹਾਂ ਤਿਆਰੀ ਤੋਂ ਨਹੀਂ ਸਾਡੀ ਬਹੁਤ ਵਧੀਆ ਤਿਆਰੀ ਹੈ ਜੀ ਲੋਕ ਲਹਿਰ ਬਣ ਰਹੀ ਹੈ ਔਰ ਖੁਸ਼ਹਾਲ ਪੰਜਾਬ ਦੀ ਲਹਿਰ ਇੱਕ ਲੋਕ ਲਹਿਰ ਬਣ ਰਹੀ ਹੈ ਸਾਨੂੰ ਜ਼ਰੂਰ ਇਹਦਾ ਅਸੀਂ ਫਾਇਦਾ ਹੋਣਾ ਸਾਨੂੰ ਕਿਵੇਂ ਦਾ ਰਿਸਪੌਂਸਿਬਿਲਟੀ ਲੋਕਾਂ ਵੱਲੋਂ ਲੋਕਾਂ ਦੀ ਲਹਿਰ ਹੈ ਸੱਚ ਤਾਂ ਲੋਕ ਆਪ ਲੱਗ ਰਹੇ ਆ ਭਰਮਾ ਹੁੰਗਾਰਾ ਮਿਲ ਰਿਹਾ ਲੋਕ ਬਦਲਣਾ ਚਾਹੁੰਦੇ ਆ ਸਾਨੂੰ ਬੀਤੇ ਦਿਨ ਸੁਨੀਲ ਜਾਖੜ ਇੱਕ ਸਭਾ ਨੂੰ ਸੰਬੋਧਨ ਕਰਦੇ ਆ ਕਹਿੰਦੇ ਧੱਕੇ ਨਾਲ ਚੰਨੀ ਸਾਨੂੰ ਸੀਐਮ ਬਣਾਇਆ ਗਿਆ ਦਲਿਤ ਬੋਰਡਰ ਕਿੰਨੀ ਜ਼ਿਆਦਾ ਤਾਂ ਨੂੰ ਸੀਐਮ ਬਣਾਇਆ ਗਿਆ ਦੇਖੋ ਇਹ ਮਸਲਾ ਤਾਂ ਕਾਂਗਰਸ ਦਾ ਹੈਗਾ ਤੇ ਉਹ ਹੀ ਦੱਸ ਸਕਦੇ ਹੈਗੇ ਪਰ ਜਿੱਥੋਂ ਤੱਕ ਸੰਯੁਕਤ ਸਮਾਜ ਮੋਰਚੇ ਦੀ ਗੱਲ ਆ ਅਸੀਂ ਨਾ ਕਿਸੇ ਜਾਤੀ ਦੇ ਆਧਾਰ ਤੇ ਨਾ ਧਰਮ ਦੇ ਆਧਾਰ ਤੇ ਨਾ ਕਿਸੇ ਕਿੱਤੇ ਨੂੰ ਲੈ ਕੇ ਇਸ ਤਰ੍ਹਾਂ ਪੋਲਿਟਿਕਸ ਕਰਦੇ भगवंत मान नशहरा लाया गया किन्ने के वोट प्लस हो गई आम आदमी पार्टी किन्ने के हवा के गल बाकी आम आदमी पार्टी सरकार बना लूगी ए भी मसला तो लोगों के सारे लोग किनू बनाऊ बनाते चेहरा कोई पहला लभ ले कद किसी बना रहे थे कद किसी पहला क्यों नहीं बनाया बाद च बनाया दूजी गल है जी समझने वाली भी कोई भी सियाना बंदा जरा जिदा जिदे पंजाब प्रति एजेंडा से जिम्मे डॉक्टर गांधी से या होर बंदे एम पी बने या केजरीवाल जोड़े बंदे शुरू च रले जोगिंदर यादव प्रशांत भूषण डॉक्टर गांधी होर बहुत सारे बंदे जिन्होंने की करके बाहर करता ऐसा मतलब केजरीवाल का एजेंडा हो रहा ते लोक एजेंडा हो रहा लोगों का एजेंडा ते केजरीवाल का एजेंडे च फर्क है केजरीवाल का अपना जो लेटेंट एजेंडा एक्चुअली केजरीवाल का एजेंडा ते बीजेपी का एजेंडा कोई भिन्न नहीं है केजरीवाल बीजेपी की भी टीम है ਉਹਨੂੰ ਚਾਹੀਦੇ ਬੰਦੇ ਆਏ ਸੀ ਭਗਵੰਤ ਮਾਨ ਆ ਕੇ ਭਗਵੰਤ ਮਾਨ ਦੇ ਸੀਐਮ ਦੇ ਚਿਹਰੇ ਤੋਂ ਬਾਅਦ ਕਿੰਨਾ ਕੁ ਅਸਰ ਹੋਇਆ ਆਪਣੀ ਪਾਰਟੀ 'ਚ ਕਿੰਨੇ ਕੁ ਵੋਟਿੰਗ ਵਧੀ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਥੋਂ ਸਮਝਣ ਲੋਕ ਪੰਜਾਬ ਦੇ ਹੁਣ ਸਮਝ ਹੀ ਨਹੀਂ ਆ ਰਹੀ ਭਗਵੰਤ ਮਾਨ ਨੂੰ ਪੰਜਾਬ ਲੀਕਰਾ ਪਵਾ ਦੇਣਗੇ ਤਾਂ ਸੋ ਭਗਵੰਤ ਮਾਨ ਦੀ ਕੈਪੈਸਿਟੀ ਉਹਦਾ ਕੰਡਾ ਕਿੰਨਾ ਤਜਰਬਾ ਹੈਗਾ ਤੇ ਮਸਲੇ ਤਾਂ ਬਹੁਤ ਪੰਜਾਬ ਬਹੁਤ ਤੁਸੀਂ ਕਿੰਨੇ ਕਲੀਅਰ ਲੈ ਜੂਏ ਪਟਿਆਲਾ ਟੋ ਦੋ ਕਿੰਨੇ ਕਲੀਅਰ ਲੈ ਜੂਏ ਸਿਲੈਕਸ਼ਨ ਚ ਟੀਚਾ ਕੀ ਹੈ ਕੋਈ ਟੀਚਾ ਹੋ ਕੋਈ ਲਿਖਿਆ ਹੋਇਆ ਇੰਨੇ ਕੁ ਵੋਟ ਲੈ ਕੇ ਜਾਣੀ ਆ ਜਿੱਤ ਇੰਨੀ ਵੋਟ ਲੈ ਕੇ ਜਾਣੀ ਜਿੱਤਣਾ ਹੀ ਜਿੱਤਣਾ ਉਹਨੇ ਜਿੱਤ ਤਾਂ ਲੋਕ ਜਿੱਤਣਗੇ ਅਸੀਂ ਲੋਕਾਂ ਨੇ ਜਿੱਤਣਾ ਲੋਕਾਂ ਨੇ ਵੋਟਾਂ ਪਾਉਣੀਆਂ